अस्सलाम वालेकुम रहमतुल्लाह। वालेकुम अस्सलाम। कैसे हैं बेटा आप? ठीक हैं अल्हम्दुलिल्लाह, ठीक हूँ। माशाल्लाह। क्या नाम है आपका? जैनब फातिमा। जैनब फातिमा, माशाल्लाह। दोस्तों, ये बच्ची है जैनब। काफ़ी दिनों से जैनब कह रही थी कि मैंने नाते रसूल मकबूल सुनानी है। बड़ी अहम बात होती है कि बच्चों के दिल में नबी पाक सल्लल्लाहु तआला अलैहि व आलिहि वसल्लम आपकी मोहब्बत हो, और फिर आपकी मोहब्बत में बंदा जब नाते रसूल मकबूल पढ़ता है दिल को सुकून भी मिलता है और सुरूर भी मिलता है। तो आएँ जैनब से सबसे पहले नात सुनते हैं। जी बेटा, शुरू करें नाते रसूल मकबूल। أعوذ بالله من الشيطان الرجيم بسم الله الرحمن الرحيم کملی والے محمد تو صدقے میں جاں کملی والے محمد تو صدقے میں جاں ਜਿਨੇ ਆ ਕੇ ਗਰੀਬਾਂ ਦੀ ਬਾਂਹ ਫੜ ਲਈ ਜਿਨੇ ਆ ਕੇ ਗਰੀਬਾਂ ਦੀ ਬਾਂਹ ਫੜ ਲਈ ਮੇਰੀ ਬਖਸ਼ਿਸ਼ ਵਸੀਲਾ ਮੁਹੰਮਦ ਦਾਨਾ ਮੇਰੀ ਬਖਸ਼ਿਸ਼ ਵਸੀਲਾ ਮੁਹੰਮਦ ਦਾਨਾ ਜਿਨੇ ਆ ਕੇ ਗਰੀਬਾਂ ਦੀ ਬਾਂਹ ਫੜ ਲਈ ਜਿਨੇ ਆ ਕੇ ਗਰੀਬਾਂ ਦੀ ਬਾਂਹ ਫੜ ਲਈ ਉਹਦੇ ਬਾਜੂ ਕੋਈ ਦੁਨੀਆ 'ਤੇ ਪਿਆਰਾ ਨਹੀਂ ਉਹਦੇ ਬਾਜੂ ਕੋਈ ਦੁਨੀਆ 'ਤੇ ਪਿਆਰਾ ਨਹੀਂ ਉਹਦੇ ਵਰਗਾ ਕੋਈ ਜਗ 'ਤੇ ਸਹਾਰਾ ਨਹੀਂ ਉਹਦੇ ਵਰਗਾ ਕੋਈ ਜਗ 'ਤੇ ਸਹਾਰਾ ਨਹੀਂ ਜਿਨ੍ਹਾਂ ਹੁੰਦੇ ਮੁਹੰਮਦ ਨਾ ਹੁੰਦਾ ਜਹਾਂ ਜਿਨ੍ਹਾਂ ਹੁੰਦੇ ਮੁਹੰਮਦ ਨਾ ਹੁੰਦਾ ਜਹਾਂ ਜਿਨੇ ਆ ਕੇ ਗਰੀਬਾਂ ਦੀ ਬਾਂਹ ਫੜ ਲਈ ਜਿਨੇ ਆ ਕੇ ਗਰੀਬਾਂ ਦੀ ਬਾਂਹ ਫੜ ਲਈ ਲਾਈਆਂ ਬਦੂਆਂ ਨੂੰ ਸੀਨੇ ਕਮਾਲ ਹੋਇਆ ਲਾਈਆਂ ਬਦੂਆਂ ਨੂੰ ਸੀਨੇ ਕਮਾਲ ਹੋਇਆ ਕੋਈ ਹਬਸ਼ੀ ਦੇ ਹਜ਼ਰਤ ਬਿਲਾਲ ਹੋਇਆ ਕੋਈ ਹਬਸ਼ੀ ਦੇ ਹਜ਼ਰਤ ਬਿਲਾਲ ਹੋਇਆ ਗੋਦੀ ਚੁੱਕਿਆ ਹਲੀਮਾ ਨੇ ਸਰਕਾਰ ਨੂੰ ਗੋਦੀ ਚੁੱਕਿਆ ਹਲੀਮਾ ਨੇ ਸਰਕਾਰ ਨੂੰ ਨਾਤਾਂ ਵਾਲੇ ਬੜੇ ਦੇਖਦੇ ਰਹਿ ਗਏ ਨਾਤਾਂ ਵਾਲੇ ਬੜੇ ਦੇਖਦੇ ਰਹਿ ਗਏ ਕਮਲੀ ਵਾਲੇ ਮੁਹੰਮਦ ਤੂੰ ਸਦਕੇ ਮੈਂ ਜਾਂ ਕਮਲੀ ਵਾਲੇ ਮੁਹੰਮਦ ਤੂੰ ਸਦਕੇ ਮੈਂ ਜਾਂ ਜਿਨੇ ਆ ਕੇ ਗਰੀਬਾਂ ਦੀ ਬਾਂਹ ਫੜ ਲਈ। ਮਾਸ਼ਾਅੱਲਾ, ਬੜੇ ਖੂਬਸੂਰਤ ਅੰਦਾਜ਼ ਮੇ ਜ਼ੈਨਬ ਬੱਚੇ ਨੇ ਨਾਤ ਪੜ੍ਹੀ ਹੈ, ਔਰ ਬੜੇ ਅਹਸਨ ਅੰਦਾਜ਼ ਮੇ ਔਰ ਖੂਬਸੂਰਤ ਆਵਾਜ਼ ਮੇ। ਮੇਰੀ ਤਾਂ ਦੁਆ ਹੈ ਕਿ ਅੱਲਾਹ ਤਾਲਾ ਇਸ ਬੇਟੀ ਕੀ ਆਵਾਜ਼ ਮੇ ਮਜ਼ੀਦ ਬਰਕਤੇ ਅਤਾ ਫਰਮਾਏ, ਔਰ ਅੱਲਾਹ ਤਾਲਾ ਇਸਕੇ ਇਲਮ ਮੇ ਔਰ ਇਸਕੇ ਅਮਲ ਮੇ ਵੀ ਬਰਕਤੇ ਅਤਾ ਫਰਮਾਏ, ਔਰ ਅੱਲਾਹ ਤਾਲਾ ਜ਼ਿੰਦਗੀ ਮੇਂ ਬਹੁਤ ਜ਼ਿਆਦਾ ਕਾਮਯਾਬੀਆਂ ਅਤਾ ਫਰਮਾਏ। ਤੋ ਦੋਸਤੋ, ਇਹ ਛੋਟੇ ਛੋਟੇ ਬੱਚੋਂ ਕੇ ਦਿਲੋਂ ਮੇਂ ਜੋ ਮੁਹੱਬਤ ਰਸੂਲ ਹੈ ਇਸਕਾ ਹੋਣਾ ਬਹੁਤ ਜ਼ਰੂਰੀ ਹੈ। ਔਰ ਦੇਖੇਂਗੇ ਕਿਤਨੇ ਖੂਬਸੂਰਤ ਅੰਦਾਜ਼ ਕੇ ਸਾਥ ਬੱਚੀ ਨੇ ਨਾਤ ਪੜ੍ਹੀ ਹੈ, ਔਰ ਇਸਕੋ ਸ਼ੌਕ ਵੀ ਥਾ ਕਿ ਮੈਨੇ ਨਾਤ ਰਸੂਲ ਮਕਬੂਲ ਸੁਣਾਨੀ ਹੈ। ਕਮ ਬੱਚੋਂ ਮੇਂ ਇਸ ਤਰ੍ਹਾਂ ਸ਼ੌਕ ਹੋਤਾ ਹੈ ਕਿ ਦਿਨ ਕੇ ਦਿਲੋਂ ਮੇਂ ਨਬੀ ਪਾਕ ਸੱਲੱਲਾਹੁ ਤਾਲਾ ਅਲੈਹਿ ਵਸੱਲਮਾ ਆਪਕੀ ਮਦਾ ਸਰਾਈ ਕਰਨੇ ਕਾ ਸ਼ੌਕ ਹੋ। ਬਹੁਤ ਕਮ ਬੱਚੇ ਹੋਤੇ ਹੈ। ਤੋ ਬੇਟਾ, ਮੇਰੀ ਦੁਆ ਹੈ ਕਿ ਅੱਲਾਹ ਤਾਲਾ ਆਪਕੋ ਜ਼ਿੰਦਗੀ ਮੇਂ ਬਹੁਤ ਜ਼ਿਆਦਾ ਕਾਮਯਾਬੀਆਂ ਅਤਾ ਫਰਮਾਏ। ਅਗਰ ਆਪ ਲੋਗੋ ਕੋ ਇਸ ਬੱਚੀ ਕੀ ਵੀਡੀਓ ਅੱਛੀ ਲੱਗੀ ਹੈ, ਨਾਤ ਪੜ੍ਹਨਾ ਇਸਕਾ ਅੰਦਾਜ਼ ਅੱਛਾ ਲਗਾ ਹੈ, ਤੋ ਵੀਡੀਓ ਕੋ ਲਾਈਕ ਔਰ ਸ਼ੇਅਰ ਲਾਜ਼ਮੀ ਕੀਜੀਏਗਾ। ਦੁਆ ਮੇਂ ਲਾਜ਼ਮੀ ਯਾਦ ਰੱਖੀਏਗਾ। ਅੱਲਾਹ ਹਾਫਿਜ਼।